ਕਿਤਨੇ ਵਹਿਲਵਾਰ ਦਿੱਤੀ ਹੈ ਅਰਦਾਸ ਕਰਕੇ ਜਦ ਕਾਰਜ ਸ਼ੁਰੂ ਕਰਦੇ ਫਿਰ ਗੀਤ ਹੀ ਗੀਤ ਪੰਜਾਬੀਆਂ ਦੀ ਆਏ ਗਏ ਦੀ ਸੇਵਾ ਵਿੱਚ ਨਾ ਤਾਂ ਸੰਦੇ ਇਹਦੀ ਮੁੱਢ ਤੇ ਵੀਟਾ ਚਰਾਣੀ ਪੰਜਾਬੀਆਂ ਦੀ ਜਦ ਜਦੋਂ ਨੂੰ ਖੱਤ ਸੁਣੀ ਜਦੋਂ ਵੀ ਉੱਥੇ ਸੰਸੂਰ ਪੰਜਾਬੀਆਂ ਦੀ ਜਦੋਂ ਵੀ ਉੱਥੇ ਸੰਸੂਰ ਪੰਜਾਬੀਆਂ ਦੀ ਬਹੁਤ ਫਿਰ ਮੈਦਾਨ ਦੇ ਵਿੱਚ ਇੱਕ ਤਕੜਾ ਮੈਚ ਸ਼ੁਰੂ ਹੋ ਚੁੱਕਿਆ ਹੈ ਖਨਾਲ ਦੀ ਟੀਮ ਇੱਕ ਵੱਡੀ ਟੀਮ ਹੈ ਉਹ ਬਾਹਰ ਆਪਾਂ ਦੇਖਿਆ ਵੀ ਜਿਹੜੀ ਆਊਟ ਹੈ ਫਿਰ ਮੈਦਾਨ ਦੇ ਵਿੱਚ ਬੜਾ ਤਕੜਾ ਮੁਕਾਬਲਾ ਹੈ ਅੰਕਿਤ ਖੇਡ ਰਿਹਾ ਪਥਰੇੜੀ ਵਾਲਾ ਗੱਭਰੂ ਅੱਜ ਆਪਾਂ ਦੇਖਦੇ ਹਾਂ ਸੈਮੀ ਐਵਰੇ ਹਣੀ ਧਨੋਆ ਸੈਮੀ ਫਾਈਨਲ ਦੂਜਾ ਸੈਮੀ ਖਨਾਲ ਖੱਬਾ ਤੇ ਇੰਦਰੀ ਹਰਿਆਣਾ ਐਨ ਤਕੜਾ ਮੈਚ ਲੱਗਣਾ ਇਹ ਖਨਾਲ ਖੱਬਾ ਦੇ ਇੰਦਰੀ ਹਰਿਆਣਾ ਮੈਚ ਇਹਦੇ ਸ਼ੁਰੂ ਹੀ ਹੋਇਆ ਲੰਬਾ ਜਾਣਾ ਮੈਚ ਫਾਈਨਲ ਚ ਟੀਮ ਰਹਿ ਸਕਦੀ ਪੈਰ ਉਠਾਉਣਾ ਪੜੇਗਾ ਹਿੱਲਣਾ ਹੈ ਬਾਈ ਟੇਬਲ ਅਮਨ ਬੜਾ ਕਿਹੜਾ ਪਿੰਡ ਆਪਣਾ ਵੀਰੇ ਪਾਲਸੀ ਨਹੀਂ ਨਹੀਂ ਬਣੂ ਉਹਦਾ ਨੇੜੇ ਹੀ ਲੱਗ ਗਿਆ ਹੁਣ ਹੀ ਪਾਲਸੀ ਲਾਉਂਦੇ ਆਪਾਂ ਖਨਾਲ ਕੀ ਬੈਸਟ ਟੀਮ ਹੈ ਪੰਜਾਬ ਕੀ ਬਾਈ ਵੋ ਖੇਡ ਰਹੀ ਹੈ ਸਾਹਮਣੇ ਬਾਈ ਹਸਨ ਬੱਬੂ ਬੱਬੂ ਹਸਨ ਅੱਛਾ 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 ਠੀਕ ਆ ਠੀਕ ਆ ਕੱਲ ਬਾਈ ਹਸਨ ਵਾਲੇ ਬੋਲ ਰਹੇ ਆ ਫਿਰ ਆਪਕੋ ਲੇਕਿਨ ਉਤਨਾ ਫਿੱਟ ਨਹੀਂ ਹੈ ਬਾਈ ਜੇ ਬੋਲ ਰਿਹਾ ਹੈ ਸੁਬਹ ਕਰ ਲੈਣਾ ਬਾਤ ਮੇਰੇ ਸੇ ਕਰ ਲੈਣਾ ਮੈਂ ਉਹਦੇ ਨਾਲ ਹਿੰਦੀ ਕਿਉਂ ਗੱਲਾਂ ਕਰੀਆਂ ਪੰਜਾਬੀ ਸਹੀ ਬਾਤ ਬਤਾਊ ਮੇਰੀ ਓਏ ਬੱਬੂ ਫਰੀ ਆ ਕੋਈ ਚੱਕਰ ਨੀ ਮੈਨੂੰ ਕਰ ਲਈ ਫੋਨ ਸਵੇਰੇ ਕਹਿੰਦਾ ਵੈਸੇ ਮੈਂ ਫਿੱਟ ਨੀ ਹੈਗਾ ਖੇਡ ਲੂ ਕਹਿੰਦਾ ਕੋਈ ਦਿੱਕਤ ਨੀ ਇਸ ਗੱਲ ਨੂੰ ਜਾਣਦਾ ਚੱਕ ਲੋਕੋ ਕਿਸੇ ਬੰਦੇ ਨੂੰ ਦੇਖ ਕੇ ਖੁਸ਼ੀ ਮਿਲਦੀ ਤੇ ਲੱਗੇ ਦੇਖ ਕੇ ਕਿਸੇ ਨੂੰ ਦੋ ਵਾਰ ਕੇ ਲਾਉਡ ਹੈ ਬਾਈ ਦੋ ਵਾਰ ਕੇ ਪਲੇਅਰ ਲਾਉਡ ਹੈ ਬਾਈ ਸ਼ਾਮ ਦਾ ਲਾਉਡ ਚੱਲ ਦੱਸੇ ਇਹਨੂੰ ਦਾ ਕੀ ਆ ਹੁਣ ਫਟ ਪਰੇ ਨਹੀਂ ਲੱਗਦੀ ਗੱਲ ਚੰਗੀ ਇਹਦੇ ਸਿੱਖਾਂ ਨੂੰ ਬੰਨ ਕੇ ਪੱਕ ਲੋਕੋ ਇਹਦੇ ਮੱਖਣ ਬਰਾੜ ਦੀਆਂ ਲਿਖੀਆਂ ਹੋਈਆਂ ਲੈ ਰਹੇ ਹੈ ਤੇ ਦੱਸ ਵੀ ਦੱਸਿਆ ਕਿ ਤੇ ਚਾਹੇ ਨਵੇਂ ਹੈ ਮੁਕਾਬਲਾ ਬਹੁਤ ਤਕੜਾ ਕੀਤਾ ਜਾ ਰਹੀ ਹੈ ਸਾਰਨ ਮਾਜਰਾ ਨਹੀਂ ਆਈ ਵੀਰੇ ਟੂ ਇੰਚ ਸਕੋਰ ਆ ਟੂ ਇੰਚ ਬੰਦਾ ਨਿਗਾਹ ਵਾਲੀ ਰੱਖਦਾ ਟੂ ਇੰਚ ਸਕੋਰ ਆ ਵੀਰੇ ਟੂ ਇੰਚ ਕੱਲ ਦੀ ਬਣਾਈ ਜਾਂਦੇ ਆ ਮਣੂ ਵੀਰੇ ਸਵਾਦ ਹੀ ਵਾਲੇ ਜੱਸਾ ਨੂੰ ਦਿਖਾਵਾ ਦਿਖਾਈ ਗੱਪ ਪੂਰੇ ਕਰਕੇ ਮਣੂ ਆ ਕਹਿੰਦਾ ਕੁਲਫੀਆਂ ਦੀ ਰੇਲ ਬਣਾਈ ਜਾਂਦੇ ਹੋ ਆਹ ਦੇਖ ਲੈ ਇੱਧਰ ਆਹ ਜੱਸਾ
ਵੱਡੀ ਤੁਰੀ ਜਾਂਦੇ ਆ ਕੱਲ ਦੇ ਸਵਾਦ ਹੀ ਵਾਲੀਆਂ ਵਾਲੀ ਬੇਟਾ ਕਿੱਥੇ ਵਾਲੀਆਂ ਮਸ਼ਹੂਰ ਨੇ ਭੈਣੀ ਵਾਲੀਆਂ ਨਾ ਭੈਣੀ ਰਾਮ ਵਾਲੀਆਂ ਮਸ਼ਹੂਰ ਕੁਲਫੀਆਂ ਨੇ ਮਨੂ ਇਹ ਕਹਿੰਦਾ ਹਰੇਕ ਟੂਰਨਾਮੈਂਟ ਤੇ ਆਇਆ ਕਰੂ ਬਾਈ ਕਹਿੰਦਾ ਕੱਲ ਵਧੀਆ ਸੇਲ ਲੱਗ ਗਈ ਇਹਦੀ ਚਾਰ ਤਾਂ ਮੈਂ ਖਾ ਗਿਆ ਯਾਰ ਕੱਲ ਕੱਲ ਵਿਕੀ ਵਾਲੀ ਉਹਦੀ ਕੱਖ ਵਧੀਆ ਆਈ ਠੀਕ ਆ ਠੀਕ ਆ ਠੀਕ ਆ ਟੂ ਇੰਚ ਸਕੋਰ ਆ ਵੀਰੇ ਟੂ ਇੰਚ ਟੂ ਇੰਚ ਓਕੇ 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 ਵੀਰੇ ਦੱਸ ਦਿਓ ਆਪਣੇ ਕੋਈ ਚੱਕਰ ਨੀ ਖੜਿਆ ਦਾ ਕਹਿ ਦਿਆਂਗੇ ਆਪਾਂ ਜੱਸਾ ਸਾਈਡ ਤੇ ਬਹਿ ਗਿਆ ਵੀਰੇ ਸੁਖਵਿੰਦਰ ਗਿੱਲ ਨਹੀਂ ਨਹੀਂ ਵੀਰੇ ਸੱਤਾ ਨਹੀਂ ਆਇਆ ਸੱਤਾ ਵੀਡੀਓ ਖੇਡਦਾ ਗਿਆ ਬਾਲ ਓਏ ਬਿੱਟੂ ਉਹ ਹੈਲੋ ਵੀਰੇ ਹੈਲੋ ਉਹਨਾਂ ਨੇ ਰਿੱਟ ਵੀ ਪੜਦਾ ਜੇ ਤੀਜੇ ਚੌਥੇ ਵਾਲਾ ਲਵਾਉਣਾ ਪਿਆ ਫੇਰ ਪਤਾ ਕੋਈ ਨੀ ਫਰਕ ਵੱਜਾ ਕਰਦੀ ਆ ਮਤਲਬ ਕਿੰਨੇ ਸਕੋਰ ਆ ਕਿੱਪੇ ਛੇ ਇੱਕ ਸਕੋਰ ਆ ਵੀਰੇ ਛੇ ਇੱਕ ਛੇ ਪੰਜਾਬ ਇੱਕ ਹਰਿਆਣਾ ਛੇ ਖਨਾਲ ਖੱਬਾ ਇੱਕ ਸਕੋਰ ਇੰਦਰੀ ਹਰਿਆਣਾ ਛੇ ਇੱਕ ਸਿਕੰਦਰਪੁਰੇ ਦੇ ਖੇਡ ਮੈਦਾਨ ਦੀਆਂ ਗੱਲਾਂ ਹੈ
ਲਾਈਵ ਚੱਲਦੇ ਨੂੰ ਕਿੰਨੇ ਘੰਟੇ ਹੋਏ? ਕੋਈ ਇੱਕ ਭਰਾ ਕਮੈਂਟ ਕਰਿਓ ਵੀਰੇ, ਲਾਈਵ ਚੱਲਦੇ ਨੂੰ ਕਿੰਨਾ ਕੁ ਟਾਈਮ ਹੋ ਗਿਆ? ਕਰਿਓ ਕੋਈ ਭਰਾ ਕਮੈਂਟ ਇੱਕ। ਓਕੇ ਓਕੇ, ਧੰਨਵਾਦ ਵੀਰੇ ਦਿਲਪ੍ਰੀਤ। ਆ ਮੈਚ ਟੌਪ ਦੇ ਹੀ ਹੈ ਵੀਰੇ, ਆ ਮੈਚ ਟੌਪ ਦੇ ਹੀ ਲੱਗਣਾ। ਰੈਸਰ ਦੀ ਟੀਮ ਫਾਈਨਲ 'ਚ ਜੇਤੂ ਵਰਸ ਰੈਸਰ ਦੀ ਡਾਂ ਖੜਕਣੀ ਆ ਵੀਰੇ। ਇਹ ਦੂਜਾ ਸੈਮੀ ਆ, ਇਸ ਤੋਂ ਬਾਅਦ ਫਾਈਨਲ ਮੁਕਾਬਲਾ। ਸਿਕੰਦਰਪੁਰਾ ਹਰ ਗਈ ਸੀ ਵੀਰੇ ਸੈਮੀ, ਕੁਆਟਰ ਹਰ ਗਈ ਸਿਕੰਦਰਪੁਰਾ ਹਿੰਮਤਾਣੇ ਨੂੰ। ਵੈਲਕਮ ਵੈਲਕਮ ਵੀਰੇ ਸੁਖਵਿੰਦਰ ਗਿੱਲ। ਟੋਟਲ 34 ਹੈਗੀਆਂ ਸੀ ਵੀਰੇ, 34-37 ਟੀਮਾਂ, 34-37-38 ਇੰਨੀਆਂ ਟੀਮਾਂ ਸੀਗੀਆਂ ਵੀਰੇ। ਹਾਂਜੀ ਹਾਂਜੀ ਵੀਰੇ, ਕਿੰਨੇ ਨੰਬਰ ਹੋ ਗਏ ਕੀਪੇ ਸਕੋਰ? ਟੀਮਾਂ ਦੇ ਦਰਮਿਆਨ
ਕਿਹੜਾ ਖਿਡਾਰੀ ਉਹਨੇ ਜੋਰ ਦਾ ਨੰਬਰ ਕਰਦਾ ਕਾਤਾ ਜਾਂ ਖਨਾਲ ਵਾਲਾ ਗੁਰਵਿੰਦਰ ਸਿੰਘ ਲੈ ਵੀ ਬਿਟੋ ਦੋ ਛੇ ਸਕੋਰ ਹੋ ਗਏ ਵੀਰੇ, ਦੋ ਛੇ ਦੋ ਇੰਦਰੀ, ਛੇ ਸਕੋਰ ਖਨਾਲ। ਹਿੰਮਤਾਣਾ ਸੈਵੀ ਹਰ ਗਈ ਰੈ ਸਰ ਨੂੰ ਸਗਾਲਾ ਨੀ ਪਤਾ ਵੀਰੇ ਕਿਹਨੂੰ ਹਰੀ ਸੀ ਯਾਰ। ਛੇ ਦੋ ਹੈ ਬਾਈ ਨਰਿੰਦਰ ਸਰਾਵਤ, ਛੇ ਦੋ, ਛੇ ਖਨਾਲ ਦੋ ਇੰਦਰੀ। ਤਕੜਾ ਮੈਚ ਖੇਡ ਮੈਦਾਨ ਦੇ ਵਿੱਚ, ਥੋੜਾ ਫਰਕ ਹੈ, ਫਰਕ ਬੜੇ ਹੈ, ਚਿੰਤਨੀ ਨੀ ਤੇਰੇ ਮੇਰੇ ਹਾਲਾਤਾਂ ਦੇ ਦੁਨੀਆ ਫੈਨ ਹੈ, ਯਾਰਾਂ ਦੀ ਕੇ ਯਾਰ ਦੇ ਫੈਨ, ਛੋਟੀਆਂ ਬਾਤਾਂ ਦੇ ਯਾਰ ਦੇ ਫੈਨ, ਛੋਟੀਆਂ ਬਾਤਾਂ ਦੇ ਬਾਕੀ ਦੁਨੀਆ ਫੈਨ, ਇਹਨਾਂ ਸੁਪਰ ਸਟਾਰ ਬੈਠ ਜਾਂਦੇ ਜਿਹੜੇ ਚੜ੍ਹ ਚੜ੍ਹ ਦੀ
ਨੰਬਰ ਕੀ ਹੋ ਗਿਆ ਕੀਪੇ ਸਕੋਰ 4-7 ਹੋ ਗਏ ਵੀਰੇ 4-7 4 ਇੰਦਰੀ 7 ਖਣਾਲ 4-7 4-7 4-7 ਸਕੋਰ ਵੀਰੇ 4-7 ਪ੍ਰੀਟ ਵਾਲਾ ਹੀ 4-7 ਆ ਸਕੋਰ 4 ਪਥਰੇੜੀ 7 ਖਣਾਲ 4 ਇੰਦਰੀ ਦੇ ਵੀਰੇ 4 ਜਸਪ੍ਰੀਤ ਬਰਾੜ 4 ਇੰਦਰੀ 7 ਖਣਾਲ ਖੱਬਾ ਦਿੱਲੀ ਗੜਗਾਓਂ ਸੈਮੀ ਆ ਦੂਜਾ ਸੈਮੀ ਵੀਰੇ ਦੂਜਾ ਸੈਮੀ ਫਾਈਨਲ ਚ ਰਹਿ ਸਰ ਦੀ ਟੀਮ ਐਨ ਖੜਕਦੀ ਆ ਡਾਂਗ ਹਰਿਆਣੇ ਦੀ ਟੀਮ ਬੜੀ ਤਜਰਬੇਕਾਰ ਟੀਮ ਹੈ
7-4 ਸੰਤਾ ਖਾਣੀ ਕਸੀ ਦਾ ਪਾਣੀ ਤੇ ਗੋਟੀ ਲਾਗੀ ਪੀਲਾ ਬਣੀਏ ਸੰਤਾ ਖਾਣੀ ਕਸੀ ਦਾ ਪਾਣੀ ਗੋਟੀ ਲਾਗੀ ਪੀਲਾ ਬਣੀਏ ਐਨ ਮੁੰਡੇ ਨੇ ਖਾਣੇ ਖਾਰ ਪਾਣੀ ਦੀ ਘਟ ਧਰੀ ਹੈ ਫਿਰ ਵਾਹਿਗੁਰੂ ਨੂੰ ਯਾਦ ਕੀਤਾ ਹੈ ਤਕੜਾ ਜਿਹੜਾ ਮੈਚ ਫਿਰ ਮੈਦਾਨ ਦੇ ਵਿੱਚ ਆਪਾਂ ਦੇਖ ਰਹੇ ਹਾਂ ਬਈ ਕੋਈ ਪਤਾ ਨਹੀਂ ਕੌਣ ਜਿੱਤੇਗਾ ਜਦੋਂ ਮੈਚ ਚੱਲ ਕੇ ਸਾਈਡ ਦਾ ਫਰਕ ਮੈਂ ਮੁਝੇ ਬਹੁਤ ਸਾਈਡ ਵਧੀਆ ਲੱਗੀ ਮੈਂ ਖੇਲਾ ਗਿਆ ਕੋਈ ਤਾਂ ਵੀ ਤੈਨੂੰ ਨਹੀਂ ਹੈ ਬਾਕੀ ਇਹ ਦੇਖਦੇ ਹਾਂ ਕਿਤਨੀ ਲੀਡ ਪੇ ਕਿਆ ਫਰਕ ਰਹਿੰਦਾ ਹੈ ਫਿਰ ਪਤਾ ਚੱਲੇ ਸਹੀ ਹੈ ਲਾਡੀ ਵੀਰੇ ਬਿਲਕੁਲ ਵਧੀਆ ਚੱਲ ਰਿਹਾ ਹੈ ਮੈਚ ਨਾ ਉੱਪਰ ਸੇ ਟਾਵਰ ਫੜਾ ਫਿਰ ਪੰਜ ਇੰਦਰੀ 8 ਖਣਾਲ ਚੜ੍ਹਦੀ ਹੁੰਦੀ ਹੈ ਪਹਿਲਾਂ ਕਿਸਮ ਨਖਰੇ ਕਰਦੀ ਹੁੰਦੀ ਹੈ ਦੌੜ ਦੇਖ ਕੇ ਸਿੱਖ ਲੋਕਾਂ ਦੀ ਲੜਦੀ ਹੁੰਦੀ ਹੈ ਤੁਣਕਾ ਕਰਕੇ ਗੁੱਡੀ ਚੜ੍ਹਦੀ ਹੁੰਦੀ ਹੈ ਤੁਣਕੇ ਦੇ ਨਾਲ ਗੁੱਡੀ ਚੜ੍ਹਦੀ ਹੈ ਮੇਰੀ ਵਧਾਉਣ ਵਾਲਾ ਇੱਕ ਨੰਬਰ ਦਾ ਫਰਕ ਹੈ ਮੇਰੇ ਖਿਆਲ ਦੇ ਵਿੱਚ ਦੋ ਨੰਬਰਾਂ ਦਾ ਫਰਕ ਹੈ ਕਿਤੇ ਉੱਤੇ ਕਦੇ ਥੱਲੇ ਕਦੇ ਪੂਰੀ ਬੰਨੇ ਬੰਨੇ ਕਦੇ ਤਾਂ ਸੰਭਾਲੇ ਸਾਥੋ ਜਾਂਦੇ ਲੋਕ ਨਾ ਪੱਥਰ ਹੌਲੇ ਨਾ ਕਮਾਈਆਂ ਰਹਿੰਦੀਆਂ ਤੇ ਸਦਾ ਨੀ ਲਾ ਖੜੇ ਤੇ ਮਾੜੇ ਬੰਦੇ ਤੇ ਸਦਾ ਨੀ ਬੰਦੇ ਚੜ੍ਹਾਈਆਂ ਰਹਿੰਦੀਆਂ ਸਦਾ ਨੀ ਲਾ ਖੜੇ ਤੇ ਮਾੜੇ ਬੰਦੇ ਤੇ ਟਾਈਮ ਟਾਈਮ ਦੀ ਗੱਲ ਸਮੇਂ ਦੀ ਗੱਲ ਹੈ ਕਿਹੜੇ ਮੈਦਾਨ ਦੇ ਵਿੱਚ ਆਪਾਂ ਦੇਖਦੇ ਹਾਂ ਤਕੜਾ ਮੁਕਾਬਲਾ ਦੋਨੋਂ ਟੀਮਾਂ ਦੇ ਦਰਮਿਆਨ ਕੋਈ ਪੱਲੇ ਬੱਲੇ ਬਾ ਮੁੰਡਿਆ ਇਸ ਛਾਪੜੇ ਵਾਲਾ ਖੇਡ ਮੈਦਾਨ ਦੇ ਵਿੱਚ ਬੜੇ ਹੱਲੇ ਹਿਲਾਰੇ ਹੈ ਲਾਲਾ ਲਾਲਾ ਹੋਈ ਪਈ ਹੈ ਲਾਲਾ ਲਾਲਾ ਹੋ ਗਈ ਸਾਡਾ ਗਿਆ ਮੰਨ ਜੀ ਭਰੋ ਕਰੀ ਤੋੜ ਤੇ ਸੁੱਚਾ ਤੇ ਮੰਨ ਜੀ ਵਿੱਚ ਬੰਦੇ ਪੈ ਗਏ ਕੁਝ ਚੁੱਲੇ ਵਾਰ ਜੀ ਫਿਰ ਤੋਂ ਸ਼ੁਰੂ ਹੋ ਗਈ ਬੱਲੇ ਦੀ ਵਾਰ ਜੀ ਫਿਰ ਤੋਂ ਸ਼ੁਰੂ ਹੋ ਗਈ ਬੱਲੇ ਦੀ ਵਾਰ ਜੀ ਬੜਾ ਪਿਆਰਾ
ਪਿਆਰ ਕਰਦੇ ਹੈ ਵਾਲੀਬਾਲ ਦੀ ਖੇਡ ਨੂੰ ਬੜਾ ਪਿਆਰ ਕਰਦੇ ਹੈ ਕਿਉਂਕਿ ਮੈਦਾਨ ਦੇ ਵਿੱਚ ਆਪਾਂ ਦੇਖਾਂਗੇ ਵੀ ਜੱਸਾ ਫਾਈਨਲ ਡੈਵਰੇ ਗੁਰੀ ਸੋਈ ਜੱਸਾ ਫਾਈਨਲ ਚ ਖੇਡਦਾ ਪਕੜਾ ਖਾ ਆਹੋ ਫਿਰ ਉਹ ਰੇਤਾ ਨਾ ਰਵੀ ਚਲਿਆ ਗਿਆ ਲਾਡੀ ਵੀਰੇ ਉੱਧਰ ਚਲਿਆ ਗਿਆ ਰਵੀ ਉਹ ਖੜਾ ਸਾਹਮਣੇ ਦੀਦਾ ਰੈਡ ਸਾਈਡ 'ਚ ਪਰਲੀ ਸਾਈਡ ਚਲਿਆ ਗਿਆ ਰਵੀ ਵੀਰੇ ਲਾਈਵ ਦੇਖ ਲਓ ਗਾ ਪਤਾ ਲੱਗ ਜੂ ਲਾਈਵ ਚੱਲਦਾ ਕਿ ਦੇਖ ਕੇ ਤੁਰ ਕੇ ਜਾਵੇ ਕੌਣ ਜਿੱਤਿਆ ਉੱਥੇ ਫਾਈਨਲ ਲੱਗਿਆ ਇਹਨਾਂ ਦਾ ਫਾਈਨਲ ਲੱਗਿਆ ਸਾਨੂੰ ਨਾ ਬਣਦਾ ਬਲੌਕ ਤਕੜਾ ਮੁਕਾਬਲਾ ਖੇਡ ਮੈਦਾਨ ਦੇ ਵਿੱਚ ਦੋਨੋਂ ਟੀਮਾਂ ਦੇ ਦਰਮਿਆਨ ਆਪਾਂ ਦੇਖ ਰਹੇ ਹੈ ਇੱਕ ਤਕੜਾ ਜਿਹੜਾ ਮੈਚ ਜੰਗੀਰਾ ਖਨਾਲ ਦਾ ਹਾਂਜੀ ਰਾਜੀ ਕੀ ਹਾਲ ਆ ਵੀਰੇ 7-9 ਹੋ ਗਏ ਮੇਰਾ ਖਿਆਲ ਵੀਰੇ 7-9 ਜਾਂ 7-10 ਇਕੱਠ ਹੋ ਗਏ ਕਿੰਨੇ ਸਕੋਰ ਹੋ ਗਏ ਕੀਪੇ 8-10 ਹੋ ਗਏ ਵੀਰੇ 8-10 8 ਇੰਦਰੀ 10 ਖਨਾਲ 8-10 17 ਦੀ ਗੇਮ 9-10 ਹੋ ਗਏ ਵੀਰੇ 9-10 ਵਧੀਆ ਰਾਜੀ ਵਧੀਆ 9-10 ਹੋ ਗਏ ਵੀਰੇ ਖਾਓ ਖਾਓ ਤੁਸੀਂ ਮੈਂ ਖਾ ਲਈ ਇੱਕ ਮੈਚ ਬਾਕੀ ਆ ਫਾਈਨਲ ਇਦੂ ਬਾਅਦ ਸੈਮੀ ਆ ਦੂਜਾ ਰਾਜੀ ਕਾਲੀ
ਮੇਰੀ ਕੀਪਰ ਕਿੰਨੇ ਕਿੰਨੇ ਨੰਬਰ ਹੋ ਗਏ 9 ਤੇ 10 9 ਨੰਬਰ ਹਰਿਆਣੇ ਦੇ ਹੈ ਤੇ 10 ਨੰਬਰ ਖਨਾਲ ਦੀ ਟੀਮ ਦੇ ਇੱਕ ਨੰਬਰ ਦਾ ਫਰਕ ਹੈ 9 ਨੰਬਰ ਇੰਦਰੀ ਹਰਿਆਣਾ ਤੇ 10 ਨੰਬਰ ਖਨਾਲ ਰਾਇਹਰ ਦੀ ਫਾਈਨਲ ਦਾ ਰਾਜੀ ਤਕੜਾ ਮੈਚ ਬਾਈ 9 ਦਾ ਸਕੋਰ ਸਰਵਿਸ ਇੰਦਰੀ ਦੀ ਬਿੱਲਾ ਤੰਦੂਰ ਚ ਬਾਈ 10 ਈਚ ਹੋ ਗਏ ਵੀਰੇ ਗੱਲ ਨਾਲ ਹੀ ਆਉਣਾ ਮੈਂ 10 ਈਚ ਵੀਰੇ ਗਿਆਰਾਂ 10 ਹੋ ਗਏ ਵੀਰੇ 11 ਇੰਦਰੀ 10 ਖਨਾਲ ਬਣੀ ਹੋਈ ਹੈ ਸਾਂਝੀ ਕਰਦਾ ਹੈ
ਜੌਂਟੀ ਨਹੀਂ ਸੀ ਆਇਆ ਰਾਜੀ ਅੱਜ ਵੀਰੇ 11 ਦਾ ਚੇਂਜ ਆ ਵੀਰੇ 11 ਦਾ ਕੰਟੀਨਿਊ ਆ 11 ਹਰਿਆਣਾ ਪੰਜਾਬ ਦਾ ਬਣਨਾ ਕੀ ਹੈ ਇਹ ਗੱਲਾਂ ਸਮੇਂ ਦੀਆਂ ਹੋਣਗੀਆਂ ਫਿਰ ਮੈਦਾਨ ਦੇ ਵਿੱਚ ਖੁੱਲੀ ਵਾਲੀ ਉਹਦੀ ਸੈਰ ਤੇ ਹੁੰਦੀ ਖੜ ਗਿਆ ਹੈ ਤਕੜਾ ਮੈਚ ਖੇਡਿਆ ਜਾ ਰਿਹਾ ਬੀਬੀ ਖਨਾਲ ਵਾਲਾ ਸੈਵੀ ਹੈ ਵੀਰੇ ਦੂਜਾ ਸੈਵੀ ਹੈ ਤ੍ਰੇਠਾ ਆਈ ਸੀ ਹਰਗੀ ਵੀਰੇ 13-10 ਦੂਜਾ ਸੈਵੀ 13 ਇੰਦਰੀ ਹਰਿਆਣਾ 10 ਖਨਾਲ ਮਾਤ ਇੱਕ ਮਨ ਮਨ ਚ ਫਰਕ ਹੁੰਦਾ ਹੈ
ਗੱਲ ਇੱਕੋ ਤੇ ਕਰਨੀ ਕਰਨੀ ਤੇ ਫਰਕ ਹੁੰਦਾ ਹੈ ਉਧਰ ਖਿਡਾਰ ਦਾ ਕਹਿੰਦਾ ਵੀ ਚੋਦਾ ਦੀ ਖਾਸ ਹੁੰਦੀ ਹੈ ਮੁਕਾਬਲਾ ਤਕੜਾ ਹੈ ਉਹ ਫਿਰ ਮੈਦਾਨ ਦੇ ਵਿੱਚ ਖਿਡਾਰ ਆਏ ਨੇ ਵੀ ਗੱਲਾਂ ਜਿਸ ਟਿਕਾਣੀ ਲਾ ਦਿੱਤੀਆਂ ਹੈ ਹਾਂਜੀ ਗੱਲਾਂ ਟਿਕਾਣੀ ਲਾ ਦਿੱਤੀਆਂ ਹੈ ਬੜਾ ਵਧੀਆ ਮੈਚ ਖੇਡਿਆ ਜਾ ਰਿਹਾ ਹੈ ਜਿੱਤਣਾ ਕਿਵੇਂ ਹੈ ਇਹਦੇ ਕਰਮਾਂ ਦੇ ਵਿੱਚ ਜਿੱਤ ਹੈ ਇਹਦੇ ਕਰਮਾਂ ਦੇ ਵਿੱਚ ਜਿੱਤ ਲਿਖੀ ਹੈ ਜਿੱਤਣਾ ਉਹ ਟੀਮ ਨੇ ਹੈ ਇਹ ਸਮੇਂ ਦੀਆਂ ਗੱਲਾਂ ਹੋਣਗੀਆਂ ਸਮਾਂ ਬਲਵਾਨ ਹੈ ਖੇਡ ਮੈਦਾਨ ਦੇ ਵਿੱਚ ਦੋਨੋਂ ਟੀਮਾਂ ਬੜਾ ਜ਼ੋਰ ਲਾ ਰਹੀਆਂ ਜਿੱਤਾਂ ਦੇ ਲਈ ਜ਼ੋਰ ਸਰਮ ਹੁੰਦਾ ਆਪਣੀ ਕਹਾਣੀ ਦਾ ਕਹਿੰਦਾ ਹੈ ਅੱਜ ਕਹਾਣੀਆਂ ਜਿਹੜੀਆਂ ਰਚੀਆਂ ਜਾ ਰਹੀਆਂ ਇੱਥੇ ਰੇਲ ਹੈਗੀ ਇੱਥੋਂ ਕੀਤੀ ਹੈ ਸਕੋਰ ਬਾਈ 14-10 14 ਹਰਿਆਣਾ 10 ਪੰਜਾਬ 14 ਇੰਦਰੀ 10 ਖਨਾਲ ਖੱਬਾ 14-10 ਵੀਰੇ 17 ਦੀ ਗੇਮ 14-10 ਦੇਖੋ ਬਾਪੂ ਨੂੰ ਜਿੱਥੇ ਪਿਆਰ ਮਿਲ ਜੇ ਦੇਖੋ ਬਾਪੂ ਨੂੰ ਜਿੱਥੇ ਪਿਆਰ ਮਿਲ ਜੇ ਤੁਹਾਨੂੰ ਹਰੇਕ ਬੰਦਾ ਕਦੇ ਵੀ 10-14 ਚੇਂਜ ਹੈ ਵੀਰੇ 10-14 ਚੇਂਜ ਤੇ ਮਾੜਾ ਖਿਆਲ ਮਿਲ ਜੇ ਉਹ ਬੰਦਾ ਕਦੇ ਵੀ ਜਿੱਤ ਸਕਦਾ ਇਹਨੂੰ ਯਾਰ ਗੁਦਾਰ ਮਿਲ ਜੇ ਇਹਨੂੰ ਯਾਰ ਗੁਦਾਰ ਮਿਲ ਜੇ ਉਹ ਬੰਦਾ ਕਦੇ ਵੀ ਜਿੱਤ ਸਕਦਾ ਲੋ ਜਿੱਤਣਾ ਕਿਹਨੇ ਹੈ ਤੇ ਬਸ ਜਿੱਤ ਦੇ ਲਈ ਜ਼ੋਰ ਲਾ ਰਹੀਆਂ ਹੈ ਜਿੱਤ ਬੜੀ ਪਿਆਰੀ ਚੀਜ਼ ਹੁੰਦੀ ਹੈ ਆਪਣੀ ਕਹਾਣੀ ਰੱਖਣ ਦੀ ਹੈ ਅੱਜ ਕਹਾਣੀਆਂ ਰੱਖੀਆਂ ਜਾ ਰਹੀਆਂ 10-14 ਚੇਂਜ ਆ ਵੀਰੇ 10-14 ਨਹੀਂ ਕੀਤਾ 10 ਤੇ 14 ਨੰਬਰ ਗਿਆਰਾਂ ਚੌਦਾਂ ਗਿਆਰਾਂ ਚੌਦਾਂ ਵਾਟਰ ਬ੍ਰੇਕ ਆ 11-14 ਤੋਂ 11 ਖਨਾਲ 14 ਇੰਦਰੀ ਗਿਆਰਾਂ ਚੌਦਾਂ ਚੇਂਜ ਆ ਵੀਰੇ ਕੰਟੀਨਿਊ ਆ ਖਨਾਲ ਦੀ ਸਰਵਿਸ ਗਿਆਰਾਂ ਤੇ 14 ਦਾ ਮੁਕਾਬਲਾ ਖੱਬਾ ਖਣਾਲ ਵਾਲਾ ਅਗਲੀ ਸਰਵੇ ਕਰਨ ਦੇ ਲਈ ਗੱਡੂ ਤਿਆਰ ਦਾ ਤਿਆਰ ਹੈ ਮੁੰਡੇ ਨੇ ਅਗਲੀ ਸਰਵੇ ਕਰ ਦਿੱਤੀ ਹੈ ਫਿਰ ਮੈਦਾਨ ਦੇ ਵਿੱਚ ਬਾਲ ਹੋਏ ਸੁਣੀ 12-14 12ਵਾਂ ਨੰਬਰ ਲੱਗ ਗਿਆ ਹੈ ਯਾਨੀ ਕਹਿੰਦੇ ਆ ਜਦੋਂ ਦਿਨ ਮਾੜੇ ਹੋਣ ਤੇ ਢੋਲਕੀ ਟੀਂਡਿਆਂ ਦੇ ਵੱਜਦੀ ਹੈ ਢੋਲਕੀ ਟੀਂਡਿਆਂ ਦੇ ਵੱਜਦੀ ਹੈ ਸੈਵੀ ਹੈ ਸੈਵੀ ਦੂਜਾ ਸੈਵੀ ਵੀਰੇ ਕਮਲ ਗਿੱਲ ਮੈਦਾਨ ਦਾ ਜਿਹੜਾ ਜਿੱਤਣਾ ਕਿਹਨੇ ਹੈ ਫਿਰ ਇੱਕ ਦੋ ਕਿਲੋ ਬਣਾਉਂਦਾ ਹੈ ਪੀਆਰ ਵਕਤੋ ਦਾ ਵੀ ਕਾਫੀ ਹੋ ਗਿਆ ਹੈ ਹਰਿਆਣਾ ਪੀਆਰ ਤੋਂ ਵੀ ਰਾਜਸਥਾਨ ਜਾਂਦਾ ਹੈ ਹੁਣ ਦੇਖਾਂਗੇ ਵੀ ਜਿੱਤੀ ਕਿਹੜੀ ਹੈ ਫਿਰ ਮੈਦਾਨ ਦੇ ਵਿੱਚ 12 ਤੇ 14 ਫਿਰਕ ਦੋ ਇੱਕ ਨੰਬਰ ਆਉਂਦਾ ਹੈ ਲੈ ਖੱਬਿਆ ਤੇਰਵਾਂ ਜੋੜੀ ਕੱਲ੍ਹ ਸੋਲੇ ਤੇ ਸੁਹਾਗੇ ਵਾਲੀ ਬਣ ਜਾਣੀ ਹੈ ਇਹ 13ਵਾਂ ਨੰਬਰ ਜੋੜੀ ਜਿਹੜਾ ਹੰਮਾਂ ਦਾ ਡੱਬਰ ਸੀ 13ਵੇਂ ਨੰਬਰ ਦਾ ਵਾਧਾ ਕਰਦਾ ਹੈ ਫਰਕ ਬੜਾ ਹੈ ਖੇਡ ਮੈਦਾਨ ਦੇ ਵਿੱਚ ਦੋ ਨੰਬਰਾਂ ਦੀ ਲੀਡ ਹਲੇ ਵੀ ਹਰਿਆਣੇ ਦੀ ਹੈ ਪਰ ਜੇ ਖੱਬੇ ਨੇ 13ਵਾਂ ਜੋੜਤਾ ਹੈ ਗੱਲਾਂ ਟਿਕਾਣੇ ਲੱਗ ਜਾਣਗੀਆਂ ਗੱਲਾਂ ਟਿਕਾਣੇ ਲੱਗ ਜਾਣਗੀਆਂ ਇੱਕ ਟਿਕਾਣੇ ਦਾ ਮੈਚ ਖੇਡਿਆ ਜਾ ਰਿਹਾ ਇੱਕ ਜਾਨਦਾਰ ਮੈਚ ਹੈ ਦੋਨੋਂ ਟੀਮਾਂ ਦੀ ਤਰ
जिंगी का खनाल वाला मुकाबला बहुत तकड़ा है। वाह जिंगीरा नौ भी बड़ा प्यारा मुंडे का जिंगीरा इधर गरीब खनाल वाला ਕਿਹੜਾ ਪਿੰਡ ਆਪਣਾ ਵੀਰੇ ਸੁੱਖ ਧਾਲੀਵਾਲ ਕਿਹੜਾ ਪਿੰਡ ਆਪਣਾ ਸੜੀ ਨੂੰ $100 ਮੇਰੇ ਵੱਲੋਂ ਕਿਹੜਾ ਪਿੰਡ ਆ ਪਿੰਡ ਦੱਸੋ ਵੀਰੇ ਮਾੜਾ ਕਿਹੜੀ ਕੰਟਰੀ ਆ $100 ਵੀਰੇ ਮਾੜਾ ਦੱਸੋ ਕਿਹੜੀ ਕੰਟਰੀ ਆ ਕਿਹੜਾ ਪਿੰਡ ਆ ਵੀਰੇ ਫੇਰ ਬੁਲਾਵਾਂਗੇ ਪਿੰਡ ਦੱਸੋ ਕੰਟਰੀ ਦੱਸੋ ਕਿਹੜੀ ਆ ਵੀਰੇ ਫੇਰ ਬੁਲਾਵਾਂਗੇ ਲਖਵਿੰਦਰ ਧਾਲੀਵਾਲ ਵੱਲੋਂ $200 ਜੇ ਜਿੱਤਦਾ ਵੀਰੇ ਦੱਸਿਓ ਮਾੜਾ ਜਾ 13-14 ਹੋ ਗਏ ਬਾਈ ਕੰਟਰੀ ਦੇ ਪਿੰਡ ਦਾ ਨਾਂ ਲਿਖੋ ਵੀਰੇ ਰਮਣ ਰਮਣ ਲਖਵਿੰਦਰ ਧਾਲੀਵਾਲ ਕਹਿੰਦਾ ਜੇ ਸੜੀ ਜਿੱਤਦਾ $100 ਮੇਰੇ ਵੱਲੋਂ ਬਾਹਰ ਗਿਆ ਕੋਈ ਸੁੱਖ ਧਾਲੀਵਾਲ ਕਿਹਾ ਬੂਟੇ ਨੂੰ ਮਾੜਾ ਜਾ ਲਖਵਿੰਦਰ ਧਾਲੀਵਾਲ ਕਹਿੰਦਾ ਮੇਰੇ ਵੱਲੋਂ $200 ਬਾਹਰ ਗਏ ਪਿਆ ਦੋਵੇਂ ਸੁੱਖ ਧਾਲੀਵਾਲ ਵਾਲ ਵੱਲੋਂ $100 ਲਖਵਿੰਦਰ ਧਾਲੀਵਾਲ ਵੱਲੋਂ ਤੇਰਾਂ-14 ਸਕੋਰ ਵੀਰੇ 13-14 ਰਾਵਣ ਮੁਕਾਬਲਾ ਬੜਾ ਤਕੜਾ ਹੈ ਸਰਦਾ ਓਕੇ 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 ਵੀਰੇ ਕੰਟਰੀ ਕਿਹੜੀ ਹੈ ਥੋੜ੍ਹੀ ਮਾੜੀ ਕੰਟਰੀ ਦੱਸ ਦੇ ਸਹੀ ਹੈ ਵੀਰੇ ਕੰਟਰੀ ਨਹੀਂ ਦੱਸੀ ਦੋਨਾਂ ਨੇ ਵੀਰੇ ਤੁਸੀਂ ਯਾਰ 14 ਇੰਚ ਲਓ ਜੀ 14 ਇੰਚ ਹੋ ਗਏ ਵੀਰੇ 14 ਇੰਚ ਕਹਿੰਦਾ ਸਨਮਾਨ ਹੀ ਕਰਨਾ ਸਨਮਾਨ ਹੀ ਕਰਾਂਗੇ ਹਾਂ ਸਣੀ ਦਾ ਚਾਹੇ ਜਿੱਤੇ ਚਾਹੇ ਹਾਰੇ ਰੋਟੀ ਖਾਧੀ ਇੱਕ ਨਹੀਂ ਕੱਲੀ ਮਾਂ ਕਹਤੀ ਕਿੰਨੇ ਡਾਲਰ ਕਮਾਉਣਾ ਬਾਕੀ ਸਾਰੇ ਪੈਸੇ ਸਹੀ ਹੈ ਵੀਰੇ ਖਾਲੀ ਜਾਂ ਨਹੀਂ ਲਾਈਵ ਆਪਣਾ 5 ਮਿੰਟ ਹੋਰ ਚਲੂ ਫਿਰ ਕੱਟ ਕੇ ਕਰਾਂਗੇ ਵੀਰੇ ਜਦੋਂ ਕੱਟਿਆਗਾ ਲਾਈਵ ਆਪਣੇ ਆਪ ਅੱਧੇ ਮਿੰਟ ਦੇ ਵਿੱਚ ਵਿੱਚ ਚਲਾ ਦਿਆਂਗੇ ਜਦੋਂ ਕੋਈ ਵਾਟਰ ਬਰੇਕ ਹੋਈ ਜਾਂ ਬਾਲ ਡਿੱਗੀ ਚਲਾ ਦਿਆਂਗੇ ਕੱਟ ਕੇ ਵੀਰੇ 4 ਘੰਟੇ ਪੂਰੇ ਆਉਣ ਵਾਲੇ ਆ ਸਿਰਫ 5 ਸਕਿੰਟਾਂ ਦੇ ਵਿੱਚ ਵਿੱਚ ਲਾਈਵ ਚਲਾ ਦੂੰ ਵੀਰੇ ਜਦੋਂ ਕੱਟਿਆ ਗਿਆ 5 ਸਕਿੰਟ ਦੇ ਵਿੱਚ ਵਿੱਚ ਚਲਾ ਦੂੰ ਲਾਈਵ ਵੀਰੇ ਜਦੋਂ ਕੱਟਿਆਗਾ ਲਾਈਵ ਆਪਣਾ ਕੱਟ ਕੇ ਕਰਦਾ ਲਾਈਵ ਵੀਰੇ 4 ਘੰਟੇ ਕੱਟ ਕੇ ਸਾਰਨ ਮਾਜਰਾ ਰੈਕੋਟ ਵਾਲੇ ਬਾਹਲਾ ਚੰਗਾ ਲਾ ਗਏ ਮੈਚ ਇਹਨਾਂ ਨਾਲ ਹਾਂ
ਹੁੰਦੀ ਵੀ 18 ਪਹਿਲਾਂ ਕਰ ਗਏ ਸੀ ਧੰਨਵਾਦ ਧੰਨਵਾਦ ਹਣੀ ਧਨੋਆ ਵੀਰੇ ਧੰਨਵਾਦ ਚੇਂਜ ਆ ਵੀਰੇ ਚੇਂਜ ਹੀ ਆ 14 ਇੰਚ ਚੇਂਜ ਬਈਏਵਾਲ ਨਹੀਂ ਸੀ ਆਈ ਜਿੰਮੀ ਦਿੰਦ ਵੀਰੇ 14 ਇੰਚ ਚੇਂਜ ਆ ਵੀਰੇ ਰੈਸਰ ਫਾਈਨਲ ਤੇ ਆ ਵੀਰੇ ਝਨੇਰ ਨਹੀਂ ਹੈਗੀ ਅਰਵਿੰਦਰ ਸਕੋਰ 14 ਇੰਚ ਆ 14 ਇੰਚ ਗੁੱਡ ਮਾਰਨਿੰਗ ਵੀਰੇ ਬੱਲੂ ਮੋੜ ਚੌਦਾਂ ਇੰਚ ਸਰਵ ਖਨਾਲ ਦੀ ਵੀਰੇ ਪੁੱਤ ਟੇਬਲ ਨਾ ਸੀੜ ਮਿਲਦਾ ਕੋਈ ਮਾੜਾ ਸਾਈਡ ਤੋਂ ਗੁੱਡ ਹੋਏ ਜਗੀਰਾ ਬਾਲ ਹੋਏ ਵਿੱਕੀ ਸਾਵਾਸ਼ ਐਂ ਤਕੜਾ ਖੇਡਦੀਆਂ ਦੋਨੋਂ ਟੀਮਾਂ ਵੀਰੇ ਸਰਾ ਗਏ ਆ ਹਾਂਜੀ ਹਾਂਜੀ ਦੂਜਾ ਸੈਮੀ ਆ ਜਸਪ੍ਰੀਤ ਵੀਰੇ ਦੂਜਾ ਸੈਮੀ ਫਾਈਨਲ ਚ ਆ ਰਿਹਾ ਸਰ ਦੀ ਟੀਮ ਲੱਗੇਗੀ ਹਾਂਜੀ ਹਾਂਜੀ ਓਕੇ ਰਿਪੋਰਟ ਕਮਲ ਧਾਲੀਵਾਲ ਵੀਰੇ ਜਿੱਤਣ ਵਾਲੀ ਟੀਮ ਖੇਡੇਗੀ ਰੈਸ ਸਰ ਦੇ ਨਾਲ ਬਿਲਕੁਲ ਬਰਾਬਰੀ ਤੇ ਮੈਚ ਖੇਡਿਆ ਜਾ ਰਿਹਾ ਹੈ ਹਰ ਦਮ ਜਿੱਤਣ ਜਿੱਤਣ ਕਰਦਾ ਤੇ ਕਦੇ ਹਾਰ ਦੀ ਮਨ ਸਰੀਰਾ ਜਿੱਤਣ ਦਾ ਬਲ ਕਰਦੀ ਪੈਂਦਾ ਹੈ ਹਾਰਨ ਦਾ ਬਲ ਹੀਰਾ ਹੈ ਹਾਰਨ ਦਾ ਬਲ ਹੀਰਾ ਹੈ ਉੱਧਰ ਸਾਡੇ ਵੱਡਾ ਧੰਨਵਾਦ ਕਰਾਂਗੇ ਸੋਖ ਕਨੇਡਾ ਤੇ ਲਖਵਿੰਦਰ ਕਨੇਡਾ ਜੀ ਬਹੁਤ ਵੱਡਾ ਨਾਮ ਖੇਡਣ ਦੀ ਦੁਨੀਆ ਦੇ ਵਿੱਚੋਂ ਵੀ ਸਿੱਧੀਆਂ ਤਾਰਾਂ ਜੁੜੀ ਬੈਠੇ ਹੈ ਖੁੱਲੀ ਗਾਈਏ ਸੁਣੀ ਦੇ ਕਹਿੰਦੇ ਵੱਡੇ ਮਾਣ ਸਨਮਾਨ ਕਰਾਂਗੇ ਕੋਈ ਕਿਸੇ ਦੀ ਖੇਡ ਨੂੰ ਪਿਆਰ ਕਰਦਾ ਕੋਈ ਕਿਸੇ ਦੀ ਖੇਡ ਨੂੰ ਪਿਆਰ ਕਰਦਾ ਹੈ ਫਿਲਹਾਲ ਤੇ ਇੰਦਰੀ ਦੀ ਟੀਮ ਆ ਦਿੱਲੀ ਕੋਲੋਂ ਗੁੜਗਾਉਂ ਜ਼ਿਲ੍ਹੇ ਦੀ ਵੀਰੇ ਗੁੜਗਾਉਂ ਡਿਸਟ੍ਰਿਕਟ ਦਿੱਲੀ ਤੋਂ ਪਰੇ ਦੀ ਟੀਮ ਆ ਇੰਦਰੀ ਅੰਕਿਤ ਪਥਰੇੜੀ ਤੇ ਭੌਂਡੂ ਖੇਡਦਾ ਸੰਪਲੇ ਵਾਲਾ ਉਹਨਾਂ ਨਾਲ 14 ਇੰਚ ਤੇ ਆ ਟੌਪ ਦਾ ਮੁਕਾਬਲਾ ਬਾਲ ਓਏ 15-14 15 ਖਨਾਲ 14 ਇੰਦਰੀ 17 ਦੀ ਗੇਮ ਜੇਤੂ ਵਰਸ ਰੈਸਰ ਦਾ ਫਾਈਨਲ ਲੱਗਣਾ ਵੀਰੇ ਜੱਸਾ ਰੈਸਰ ਵਿਦ ਰਵੀ ਬਹਾਦਰਗੜ੍ਹ ਤੇ ਜੱਸਾ ਸਹਿਜੜਾ ਫਾਈਨਲ ਚ ਜੇਤੂ ਵਰਸ ਫਾਈਨਲ ਜੇਤੂ ਵਰਸ ਰੈਸਰ ਦਾ ਫਾਈਨਲ ਖੱਬੇ ਨੇ ਕਮਾਲ ਕਰਨੀ ਹੈ ਇਹ ਗੱਲਾਂ ਸਮੇਂ ਦੀਆਂ ਹੋਣਗੀਆਂ
ਜਾਂ ਖੱਬਾ ਵੀ ਕਮਾਲ ਕਰਦਾ ਹੈ। ਇੰਦਰੀ ਹਰਿਆਣੇ ਵਾਲੀ ਗੱਭਰੂ ਬੜਾ ਤਕੜਾ ਖੇਡ ਰਹੀ ਹੈ, ਮੁੰਡਿਆਂ ਨੇ ਕਮਾਲ ਦੀ ਖੇਡ ਦਾ ਪ੍ਰਦਰਸ਼ਨ ਕੀਤਾ ਹੈ। ਫਿਰ ਮੈਦਾਨ ਤੇ ਗਏ, ਜਿੱਤਣਾ ਇੱਕ ਟੀਮ ਨੇ, ਦੋ ਬੰਦ ਖੇਡਦੇ ਹੈ। ਜਿੱਤ ਜਿਹੜੀ ਮਰਜ਼ੀ ਜਾਵੇ ਤੇ ਜਿੱਤ ਵਾਲੀਬਾਲ ਦੀ ਹੁੰਦੀ ਹੈ। ਲੋਕ ਫਿਰ ਮੈਦਾਨ ਦੇ ਵਿੱਚ ਆਪਾਂ ਦੇਖਦੇ ਹਾਂ, ਮਤਲਬ ਟੀਮਾਂ ਬੜੇ ਆਤਮ ਵਿਸ਼ਵਾਸ ਦੇ ਨਾਲ, ਬੜੀ ਜੀਤਦਾਰੀ ਦੇ ਨਾਲ, ਬੜੇ ਸ਼ਰਧੇ ਦੇ ਨਾਲ ਖੇਡ ਰਹੀ ਹੈ। ਅੰਕਿਤ ਪਥਰੇੜੀ ਵਾਲਾ ਮੁੰਡਾ ਬਾਰ ਬਾਰ ਟਰਾਈਆਂ ਕਰਦਾ ਹੈ। ਅੰਕਿਤ ਸੈਂਟਰ ਦੇ ਵਿੱਚ ਆਪਾਂ ਦੇਖਦੇ ਹਾਂ, ਮੁੰਡਾ ਬਾਰ ਬਾਰ ਟਰਾਈਆਂ ਕਰ ਰਹੇ ਹੈ। ਲਾਸਟ ਪੁਆਇੰਟ ਆ ਗਿਆ ਖਣਾਲ ਦਾ ਵੀਰੇ, ਖਣਾਲ ਦਾ ਲਾਸਟ ਪੁਆਇੰਟ 16-14 ਲਾਸਟ ਪੁਆਇੰਟ ਖਣਾਲ ਦਾ। ਖਣਾਲ ਦਾ ਲਾਸਟ ਵੀਰੇ ਬਿਲਕੁਲ ਬਚ ਗਈ ਹੈ, ਨੰਬਰ ਲਾਸਟ ਹੈ। ਬਈਏ ਵਾਲ ਨਹੀਂ ਸੀ ਆਈ ਵੀਰੇ, ਅੱਜ ਬਈਏ ਵਾਲ ਨਹੀਂ ਸੀ। ਕੱਲ ਨੂੰ ਰੌਣਕਾਂ ਲਾਵਾਂਗੇ ਮਾਣਕ ਮਾਜਰੇ ਵੀਰੇ, ਅੱਜ ਸੌਰੀ ਅੱਜ ਹੀ ਅੱਜ ਮਾਣਕ ਮਾਜਰੇ ਵੀਰੇ। ਨਹੀਂ ਨਹੀਂ ਗਿੱਧੀ ਨਹੀਂ ਸੀ ਆਇਆ ਵੀਰੇ, ਰਿੰਕੂ ਸਰਸਾ ਕਿਵੇਂ ਰਿੰਕੂ ਯਾਰ। ਵਧੀਆ ਵਧੀਆ ਰਿੰਕੂ ਵਧੀਆ। ਟੋਟਲ ਵੀਰੇ 34 ਟੀਮਾਂ ਸੀ, 34-37 ਦੇ ਕਰੀਬ 34 ਜਾਂ 37 ਸੀਗੀਆਂ। ਸਿਕੰਦਰ ਸੋਈ ਵੀਰੇ ਖਣਾਲ ਤੇ ਇੰਦਰੀ ਹਰਿਆਣਾ। ਖਣਾਲ ਵਰਸ ਇੰਦਰੀ ਹਰਿਆਣਾ, ਦਿੱਲੀ ਸਾਈਡ ਦੀ ਟੀਮ ਆ, ਗੜਗਾਓਂ ਸਾਈਡ ਦੀ ਵੀਰੇ। ਬਿਨਾਂ
ਅੱਜ ਨਾ ਬਣੀ ਤੇ ਭਾਵੇਂ ਕੱਲ ਨਾ ਬਣੀ ਨਾ ਫਿਰ ਸਿੱਖੀ ਬਣਾ ਯਾਰ ਕੱਲ ਨਾ ਬਣੀ ਨਾ ਫਿਰ ਸਿੱਖਣੀ ਪੈਂਦੀ ਹੈ ਫਿਰ ਕਿਤੇ ਯਾਰ ਦੀ ਗਲਤ ਟਿਕਾਣੀ ਲੱਗਦੀ ਹੈ ਫਿਰ ਚੇਂਜ ਆ ਵੀਰੇ 14-16 17 ਦੀ ਗੇਮ ਗੁਰਪ੍ਰੀਤ ਰਾਏ ਹਾਂਜੀ ਹਾਂਜੀ ਵੀਰੇ 14-16 15-16 ਵੀਰੇ ਐਨ ਸਵਾਦ ਵਾਲੀਬਾਲ ਦਾ 14-16 15-16 ਹੋ ਗਏ ਵੀਰੇ ਤਗੜਾ ਮੈਚ ਯਾਰ 15-16 ਵੀਰੇ ਚੇਂਜ ਹੈ ਵੀਰੇ 16-15 ਖਣਾਲ ਦਾ ਲਾਸਟ ਪੁਆਇੰਟ ਉੱਧਰ 15 16-15 ਕਹਿਣ ਦਾ ਮਤਲਬ 17 ਦੀ ਗੇਮ ਹੈ 16 ਖਣਾਲ 15 ਇੰਦਰੀ 16-15 17 ਦੀ ਗੇਮ ਖੱਬੇ ਦਾ ਲਾਸਟ ਪੁਆਇੰਟ ਮਾਨ ਕੁਮਾਰੀ ਆਪਾਂ ਗਏ ਸੀ ਉਹੀ ਪਿੰਡ ਹੈ
ਅੱਖਰ ਸੀ ਮਤਲਬ ਆਪਾਂ ਅੱਖਰ ਨੂੰ ਹਰੇ ਸੀ ਦੋ ਹੋਇਆ ਉੱਥੇ ਦੋ ਟੂਰਨਾਮੈਂਟ ਹੋ ਗਏ ਲਓ ਜੀ।